ਜਿਹੜੀ ਚੀਜ਼ ਮੈਂ ਤੁਹਾਨੂੰ ਹੁਣ ਦਿਖਾਉਣ ਲੱਗਿਆ, ਇਹੀ ਚੀਜ਼ ਦਿਖਾ ਕੇ ਤੁਹਾਨੂੰ ਏਜੰਟ ਆਪਣੇ ਝਾਂਸੇ 'ਚ ਲੈਣਗੇ ਕਿ ਬਈ ਯੂਰਪ ਖੁੱਲ੍ਹ ਚੁੱਕਿਆ ਲਵਾ ਲਓ ਵੀਜ਼ੇ, ਮਲੇਸ਼ੀਆ ਖੁੱਲ੍ਹ ਚੁੱਕਿਆ ਲਵਾ ਲਓ ਵੀਜ਼ੇ। ਸਰਕਾਰਾਂ ਨੇ ਹਜੇ ਕੋਈ ਬਾਰਡਰ ਓਪਨ ਨਹੀਂ ਕੀਤੇ, ਅਤੇ ਪਰ ਮੈਂ ਤੁਹਾਨੂੰ ਜਿਹੜੀ ਚੀਜ਼ ਦਿਖਾਉਣ ਲੱਗਿਆ ਪਹਿਲਾਂ ਇਹ ਦੇਖ ਲਓ, ਯੂਰਪ ਨੇ ਸ਼ੈਨੇਗਨ ਵੀਜ਼ਾ ਓਪਨ ਕੀਤਾ, ਪਰ ਕਿਹਨਾਂ ਦੇ ਲਈ ਕੀਤਾ? ਜਿਨ੍ਹਾਂ ਨੇ ਟੀਕੇ ਲਵਾ ਲਏ ਆ ਜਾਂ ਜਿਨ੍ਹਾਂ ਕੋਲ ਪੈਸੇ ਹੈਗੇ ਆ, ਹੈ ਨਾ। ਗ੍ਰੀਸ ਨੇ, ਅਥੈਂਸ ਨੇ, ਇਸੇ ਤਰ੍ਹਾਂ ਹੀ ਮਲੇਸ਼ੀਆ ਨੇ ਕੀਤਾ ਹੋਇਆ। ਮਲੇਸ਼ੀਆ ਨੇ ਵੀਜ਼ਾ ਉਹਨਾਂ ਦੀ ਖਾਤਰ ਓਪਨ ਕੀਤਾ ਹੋਇਆ, ਉਹਨਾਂ ਦੀ ਬਾਰਡਰ ਖਾਤਰ, ਉਹਨਾਂ ਦੀ ਖਾਤਰ ਓਪਨ ਕੀਤੇ ਹੋਇਆ ਜਿਨ੍ਹਾਂ ਕੋਲ DP-10 ਵੀਜ਼ਾ ਹੈ, ਜਿਨ੍ਹਾਂ ਕੋਲ ਮੈਰਿਜ ਕਰਵਾਈ ਹੋਈ ਆ ਜਾਂ ਡਿਪਲੋਮੈਟਿਕ ਆ ਜਾਂ ਜਿਨ੍ਹਾਂ ਨੂੰ ਕੋਈ ਐਮਰਜੈਂਸੀ ਹੈ, ਕੋਈ ਬਿਮਾਰੀ ਹੈ। ਹਰ ਕੋਈ ਨਹੀਂ ਆ ਸਕਦਾ ਇੰਡੀਆ ਤੋਂ, ਮਲੇਸ਼ੀਆ ਦੇ ਵਿੱਚ, ਯੂਰਪ ਦੇ ਵਿੱਚ ਕਿਤੇ ਵੀ। ਸੋ ਸਾਰਿਆਂ ਨੂੰ ਮੈਂ ਇੱਕ ਹੀ ਰਿਕੁਐਸਟ ਕਰਦਾ, ਹਜੇ ਫਿਲਹਾਲ ਟਿਕੋ, 2022 ਤੱਕ ਕਿਸੇ ਪਾਸੇ ਜਾਣ ਦੀ ਕੋਈ ਕੋਸ਼ਿਸ਼ ਨਾ ਕਰੋ, ਕਿਉਂਕਿ ਮਲੇਸ਼ੀਆ ਦੇ ਵਿੱਚ ਹੀ ਕੁਆਰੰਟੀਨ ਦਾ 5000 ਰਿੰਗਟ ਹੈ, ਮਲੇਸ਼ੀਆ ਦੇ ਵਿੱਚ 5000 ਰਿੰਗਟ, 4-5 ਦੇ ਕਰੀਬ ਹੈਗਾ ਹੈ